ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਅਤੇ ਅੱਜ ਦੀ ਵੀਡੀਓ ਆਪਾਂ ਨਨਾਈਮੋ ਜਾਂਦੇ ਪਏ ਹਾਂ ਅਤੇ ਰਸਤੇ ਦੇ ਵਿੱਚ ਹਾਂ ਅਤੇ ਆਪਾਂ ਦੇਖਾਂਗੇ ਕਿ ਕਿਵੇਂ ਫੈਰੀ ਦਾ ਸਫ਼ਰ ਕਿਵੇਂ ਕਰਦੇ ਆ ਕਿਵੇਂ ਸਾਰਾ ਹਿਸਾਬ ਕਿਤਾਬ ਉਹਦਾ ਟਿਕਟ ਆਪਾਂ ਵੈਸੇ ਪਹਿਲਾਂ ਲੈ ਲਈਏ ਪਰ ਉੱਥੇ ਜਾ ਕੇ ਵੀ ਲੈ ਸਕਦੇ ਹਾਂ ਪਰ ਜਿਵੇਂ ਕਿ ਗੱਡੀ 'ਤੇ ਜਾਣਾ ਹੋਵੇ ਤਾਂ ਐਡਵਾਂਸ ਹੀ ਕਰ ਲਈਏ ਤਾਂ ਚੰਗਾ ਕਈ ਵਾਰੀ ਕਿਉਂਕਿ ਲਿਮਿਟਡ ਗੱਡੀਆਂ ਹੁੰਦੀਆਂ ਵਾ ਕੁਝ ਵੈਸੇ ਕਾਫ਼ੀ ਹੁੰਦੀਆਂ 400 ਦੇ ਕਰੀਬ ਗੱਡੀਆਂ ਕਹਿੰਦੇ ਕਿ ਇੱਕ ਫੈਰੀ ਦੇ ਉੱਪਰ ਚਲੀਆਂ ਜਾਂਦੀਆਂ ਪਰ ਫਿਰ ਵੀ ਕਈ ਵਾਰੀ ਫੁੱਲ ਹੋ ਜਾਂਦੀ ਫੈਰੀ ਇਸ ਕਰਕੇ ਜੇ ਨਾ ਗੱਡੀ ਹੋਵੇ ਉਵੇਂ ਜਾਣਾ ਹੋਵੇ ਪੈਸੰਜਰ ਅਤੇ ਉਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਕਾਫ਼ੀ ਸੀਟ ਹੁੰਦੀਆਂ ਉਹ ਨਹੀਂ ਫੁੱਲ ਹੁੰਦੀ ਪਰ ਜਿਵੇਂ ਗੱਡੀ 'ਤੇ ਜਾਣਾ ਹੋਵੇ ਤਾਂ ਐਡਵਾਂਸ ਬੁਕਿੰਗ ਕਰਵਾ ਲਈਏ ਤਾਂ ਸਹੀ ਰਹਿੰਦੇ ਹਾਂ ਬਾਕੀ ਆਪਾਂ ਲਗਭਗ ਹੁਣ ਪਹੁੰਚ ਚੱਲੇ ਹਾਂ ਅਤੇ ਫਿਰ ਦੇਖਦੇ ਹਾਂ ਕਿ ਕਿਵੇਂ ਟਿਕਟ ਟੁਕਟ ਦਾ ਕੀ ਹਿਸਾਬ ਕਿਤਾਬ ਵਾ ਅਤੇ ਵੈਸੇ ਤਾਂ ਆਪਾਂ ਟਿਕਟ ਲੈ ਲਈ ਆ ਪਰ ਫਿਰ ਵੀ ਸਾਨੂੰ ਉਹਨਾਂ ਨੇ ਉੱਥੇ ਟਿਕਟ ਚੈੱਕ ਕਰਕੇ ਫਿਰ ਫੈਰੀ ਦੇ ਵਿੱਚ ਗੱਡੀ ਚੜ੍ਹਾ ਕੇ ਫਿਰ ਅੰਦਰ ਵੇਖਾਂਗੇ ਆਪਾਂ ਸਾਰਾ ਹਿਸਾਬ ਕਿਤਾਬ ਕੀ ਆ ਫੈਰੀ ਦੇ ਵਿੱਚ ਚਲੋ ਦੇਖਦੇ ਹਾਂ ਪਹੁੰਚ ਗਏ ਹਾਂ ਆਹ ਸਾਰੇ ਇੱਥੋਂ ਵਿਕਟੋਰੀਆ ਨੂੰ ਵੀ ਫੈਰੀ ਜਾਂਦੀ ਇਸ ਕਰਕੇ ਆਪਾਂ ਚੈੱਕ ਕਰਕੇ ਜਿਹੜੀ ਆਪਣੀ ਨਨਾਈਮੋ ਨੂੰ ਜਾਣ ਵਾਲੀ ਫੈਰੀ ਹੈ ਉੱਥੇ ਆਪਾਂ ਇਹਨਾਂ ਨੇ ਆਪਣੀ ਟਿਕਟ ਟੁਕਟ ਦੇਖਣੀ ਹੈ ਆਹ ਵਾ ਬਾਰਕੋਡ ਜਿਹੜਾ ਆਪਾਂ ਉੱਥੇ ਜਾ ਕੇ ਬਸ ਜਾਂ ਨੰਬਰ ਵੀ ਬੋਲਣਾ ਪੈਂਦਾ ਕਈ ਵਾਰੀ ਫੋਨ ਨਹੀਂ ਫੜਦੇ ਅਤੇ ਜਾ ਕੇ ਕੌਣ ਉੱਥੇ ਜਿਵੇਂ ਇੰਡੀਆ 'ਚ ਆਪਣੇ ਟੋਲ ਪਲਾਜ਼ਾ ਹੁੰਦਾ ਸੇਮ ਉਹੀ ਸਿਸਟਮ ਆ ਜਾ ਕੇ ਕਰਦੇ ਹਾਂ 7620 ਉਹਨਾਂ ਨੇ ਆਪਾਂ ਨੂੰ ਆਹ ਕੱਢ ਕੇ ਦੇਤੀ ਟਿਕਟ ਅਤੇ ਇਹਦੇ ਉੱਪਰ ਵੀ ਲਿਖਿਆ ਕਿ ਲੇਨ 29 ਅਤੇ ਆਹ ਲੇਨ 29 ਦੇ ਵਿੱਚ ਆਪਾਂ ਲੱਗ ਜਾਣਾ ਜਿਹੜੀ ਆਪਣੀ ਲੇਨ ਆ ਉਹਦੇ ਵਿੱਚ ਆਪਾਂ ਲੱਗ ਜਾਣਾ ਸੋ ਆਹ ਆਪਣੀ ਟਿਕਟ ਆ ਇਹਦੇ ਉੱਪਰ ਲਿਖਿਆ ਵਾ ਜਿਵੇਂ ਲੇਨ 29 ਅਤੇ ਆਹ ਪੂਰੀ ਆਪਣੀ ਟਿਕਟ ਦਾ ਵੀ ਜਿਵੇਂ ਅਸੀਂ ਪਹਿਲਾਂ ਰਿਜ਼ਰਵੇਸ਼ਨ ਕਰਾਈ ਇਹਦੇ ਵਿੱਚ ਆਪਾਂ ਨੂੰ $17 ਐਕਸਟਰਾ ਦੇਣੇ ਪਏ ਅਤੇ $17 ਐਕਸਟਰਾ ਦੇਣੇ ਪਏ ਪਰ ਜੇ ਆਪਾਂ ਇੱਥੇ ਆ ਕੇ ਟਿਕਟ ਲੈਂਦੇ ਫਿਰ ਆਪਾਂ ਨੂੰ ਇਹ $17 ਨਹੀਂ ਸੀ ਦੇਣੇ ਪੈਣੇ ਪਰ ਰਿਜ਼ਰਵੇਸ਼ਨ ਦੇ ਤੁਹਾਨੂੰ ਆਪਾਂ ਨੂੰ ਦੇਣੇ ਪੈਂਦੇ ਆ ਅਤੇ ਕਿਉਂਕਿ ਆਪਾਂ ਗੱਡੀ 'ਤੇ ਆਉਣਾ ਮੈਂ ਪਹਿਲਾਂ ਵੀ ਦੱਸਿਆ ਕਿ ਰਿਜ਼ਰਵੇਸ਼ਨ ਕਰਾਉਣੀ ਜ਼ਰੂਰੀ ਆ ਨਹੀਂ ਤਾਂ ਇੱਥੇ ਆ ਕੇ ਕਈ ਵਾਰੀ ਕਹਿ ਦਿੰਦੇ ਕਿ ਹੁਣ ਜਗ੍ਹਾ ਨਹੀਂ ਹੈਗੀ ਅਤੇ ਬਾਕੀ ਗੱਡੀ ਦੇ ਲਗਭਗ $60 ਲੱਗੇ ਆ ਅਤੇ ਜਿਵੇਂ ਸਾਡੇ ਨਾਲ ਬੇਬੀ ਆ 5 ਸਾਲ ਤੋਂ ਛੋਟਾ ਉਹਦਾ ਕੋਈ ਨਹੀਂ ਲੱਗਾ ਅਤੇ ਸਾਡੇ 2 ਜਣਿਆਂ ਦੇ ਅਡਲਟ ਦੇ $35 ਲੱਗੇ ਆ ਅਤੇ ਟੋਟਲ $111 ਅਤੇ ਹੁਣ ਆਪਾਂ ਇੱਥੇ ਜਿਵੇਂ ਆਹ ਲੈਣਾ ਲੱਗ ਗਈਆਂ ਵਾ ਇਹਦੇ ਵਿੱਚ ਇਹਨਾਂ ਨੇ ਐਂਟਰੀ ਕਰਨੀ ਆ ਥੋੜ੍ਹਾ ਟਾਈਮ ਰੁਕ ਕੇ ਜਦੋਂ ਟਾਈਮ ਹੋ ਗਿਆ ਜੇ ਕਿਉਂਕਿ ਟਾਈਮ ਹੈਗਾ ਆਪਣੇ ਕੋਲ ਅਤੇ ਇੱਥੇ ਤਾਂ ਕਾਫੀ ਟਾਈਮ ਲੱਗ ਜਾਂਦਾ ਕਈ ਵਾਰੀ ਐਡਵਾਂਸ ਹੀ ਆ ਕੇ ਲੋਕ ਖੜ੍ਹ ਜਾਂਦੇ ਆ ਅਤੇ ਬਸ ਹੁਣ ਜਦੋਂ ਫੈਰੀ ਆ ਕੇ ਲੱਗ ਗਈ ਅਤੇ ਇੱਥੋਂ ਲੈਨ ਵਾਈਜ਼ ਹੀ ਅੰਦਰ ਇਹਨਾਂ ਨੇ ਐਂਟਰੀ ਕਰੀ ਜਾਣੀ ਆ ਅਤੇ ਦੋ 3-4 ਡੈੱਕ ਹੁੰਦੇ ਆ ਉਹਦੇ ਫੈਰੀ ਦੇ ਜਿਹੜੇ ਗੱਡੀਆਂ ਵਾਸਤੇ ਹੁੰਦੇ ਆ ਸਭ ਤੋਂ ਲੋਅਰ ਡੈੱਕ ਦੇ ਵਿੱਚ ਵੱਡੇ ਟ੍ਰੇਲਰ ਵਗੈਰਾ ਕਿਉਂਕਿ ਉਹ ਉੱਪਰ ਨਹੀਂ ਜਾ ਸਕਦੇ ਇਸ ਕਰਕੇ ਉਹ ਲੋਅਰ ਡੈੱਕ ਦੇ ਵਿੱਚ ਰੱਖਦੇ ਹੈਵੀ ਟ੍ਰੇਲਰ ਵੱਡੀਆਂ ਗੱਡੀਆਂ ਅਤੇ ਆਪਣੀਆਂ ਛੋਟੀਆਂ ਕਾਰਾਂ ਜਿਹੜੀਆਂ ਵਾ ਉਹ ਉੱਪਰ ਵਾਲੇ ਡੈੱਕ ਦੇ ਵਿੱਚ ਵਾੜ ਦਿੰਦੇ ਅਤੇ ਬਸ ਠੀਕ ਹੈ ਹੁਣ ਬਾਅਦ ਵੇਟ ਕਰਦੇ ਪਏ ਹਾਂ ਥੋੜ੍ਹੇ ਟਾਈਮ ਤੱਕ ਆਪਾਂ ਐਂਟਰੀ ਕਰਦੇ ਹਾਂ ਫਿਰ ਅੰਦਰ ਜਾ ਕੇ ਦੇਖਦੇ ਹਾਂ ਕਿਵੇਂ ਸਾਰਾ ਮਾਹੌਲ ਚਾਲ ਆ ਅਤੇ ਅੰਦਰ ਜਾ ਕੇ ਫੈਰੀ ਦਾ ਕੀ ਸਿਸਟਮ ਆ ਅੰਦਰ ਸਭ ਕੁਛ ਹੁੰਦਾ ਰੈਸਟੋਰੈਂਟ ਵਗੈਰਾ ਹਰ ਚੀਜ਼ ਵੇਖਾਂਗੇ ਦੇਖਦੇ ਅੰਦਰ ਜਾ ਕੇ
ਸਬ ਟ੍ਰੇਲਰ ਆ ਰਾਈਟ ਸਾਈਡ ਤੇ ਵੀ ਆ ਲੈਫਟ ਸਾਈਡ ਤੇ ਵੀ ਆ ਵੱਡੇ ਟਰੱਕ ਟ੍ਰੇਲਰ ਸਾਰੇ ਆ ਲੋਅ ਡੈੱਕ ਦੇ ਇਹਦੇ ਵਿੱਚ ਵਾੜ ਦਿੰਦੇ ਅਤੇ ਆਪਾਂ ਚੱਲ ਜਾਣਾ ਉੱਪਰ ਛੋਟੀਆਂ ਗੱਡੀਆਂ ਵਾਲਿਆਂ ਨੇ ਇੱਕ ਬਿਲਡਿੰਗ ਹੀ ਆ ਬਿਲਡਿੰਗ ਦੀ ਜਿਵੇਂ ਪਾਰਕਿੰਗ ਹੁੰਦੀ ਆ ਉਵੇਂ ਹੀ ਆ ਸਿਸਟਮ ਬਿਲਡਿੰਗ ਦੀ ਪਾਰਕਿੰਗ 'ਚ ਜਿਵੇਂ ਗੱਡੀ ਲਾ ਦਿੱਤੀ ਜਾ ਕੇ ਬਸ ਉਵੇਂ ਇੱਥੇ ਲਾ ਦਿੰਦੇ ਆਪਾਂ ਗੱਡੀ ਲਾਤੀ ਆ ਅਤੇ ਇੱਥੇ ਕਰ ਦੇਣੀ ਬੰਦ ਹੁਣ ਆਪਣੀ ਮਰਜ਼ੀ ਆ ਆਪਾਂ ਚਾਹੇ ਇੱਥੇ ਬੈਠੇ ਰਹੀਏ ਜਾਂ ਉੱਪਰ ਚਲ ਜਾਈਏ ਪਰ ਆਪਾਂ ਉੱਪਰ ਜਾ ਕੇ ਵੇਖਾਂਗੇ ਕੀ ਸਿਸਟਮ ਆ ਜਦੋਂ ਇੱਕ ਵਾਰੀ ਫੈਰੀ ਚੱਲ ਪਊਗੀ ਕਿਉਂਕਿ ਕਦੇ ਕਦੇ ਕੀ ਆ ਥੋੜ੍ਹਾ ਬਹੁਤਾ ਗੈਪ ਹੁੰਦਾ ਅਤੇ ਇਹ ਸਟਾਫ ਥੋੜ੍ਹਾ ਗੱਡੀਆਂ ਨੂੰ ਅੱਗੇ ਪਿੱਛੇ ਕਰਵਾਉਂਦੇ ਆ ਇਸ ਕਰਕੇ ਉਹਨਾਂ ਦਾ ਟਾਈਮ ਤੱਕ ਆਪਾਂ ਇੱਥੇ ਬੈਠਦੇ ਹਾਂ ਅਤੇ ਜਦੋਂ ਫੈਰੀ ਚੱਲ ਪਊਗੀ ਫਿਰ ਆਪਾਂ ਉੱਪਰ ਜਾ ਕੇ ਦੇਖਦੇ ਹਾਂ अपनी गड्डी सी डैक फोर ते इस तो थले डैक टू ते थ्री है जिदे विच हले भी गड्डियां ते आपां हुण उपर चलदे आं हाँ हाँ आ डैक जिहड़ा वा ये भी अजे गड्डियां आ रही है ਪਸੰਦੇ ਡੈੱਕ ਚੱਲਦੇ ਉੱਪਰ ਕੁਛ ਬੋਲਣਾ ਚਾਹੋਗੇ ਕੁਛ ਬੋਲਣਾ ਚਾਹੋਗੇ ਨਹੀਂ ਮੈਂ ਕੁਛ ਨਹੀਂ ਬੋਲਣਾ ਕੈਫੇਟੇਰੀਆ ਦੇ ਵਿੱਚ ਇੱਦਾਂ ਖਾਣ ਪੀਣ ਸਭ ਕੁਛ ਹੈਗਾ ਆਪਣੇ ਚੀਜ਼ ਵਗੈਰਾ ਉਹ ਆ ਪਸੰਜੇ ਡੈੱਕ ਸਾਰਾ ਸ਼ੋਪਸ ਵਗੈਰਾ ਵੀ ਅੰਦਰ ਹੈਗੀਆਂ ਤੇ
ਵੀ ਏਟੀਐਮ ਹੁਣ ਇਸ ਤੋਂ ਉੱਪਰ ਆਪਾਂ ਸਨ ਡੈਕ ਤੇ ਚੱਲਦੇ ਹਾਂ ਆਪਾਂ ਲਿਫਟ ਰਾਹੀਂ ਵੀ ਜਾ ਸਕਦੇ ਹਾਂ ਇਸ ਤੋਂ ਉੱਪਰ ਹੈਗਾ ਸਨ ਡੈਕ ਨੰਬਰ 7 ਆਪਾਂ ਹੁਣ ਪਹੁੰਚ ਗਏ ਨਨਾਇਮੋ 2 ਘੰਟੇ ਦਾ ਰਸਤਾ ਸੀ ਤੇ ਹੁਣ ਜਿਵੇਂ ਕਿ ਆਪਾਂ ਗੱਡੀਆਂ ਸਾਰੀਆਂ ਸਟਾਰਟ ਹੋ ਗਈਆਂ ਲਾਈਟਾਂ ਉਹਨਾਂ ਨੇ ਰਾਤ ਪਹਿਲਾਂ ਬੰਦ ਕਰ ਦਿੱਤੀਆਂ ਸੀ ਕਿਉਂਕਿ ਜੇ ਕਿਸੇ ਨੇ ਸੌਣਾ ਹੋਵੇ ਉਹ ਸੌ ਵੀ ਸਕਦਾ ਤੇ ਆ ਜਿਵੇਂ ਹੁਣ ਗੱਡੀਆਂ ਲੱਗੀਆਂ ਉਧਰਲੀ ਲਾਈਨ ਉਹ ਦੇਖੋ ਸ਼ੁਰੂ ਹੋ ਗਈ ਹੈ ਚੱਲਣੀ ਲਾਈਨ ਵਾਈਜ਼ ਇਹਨਾਂ ਨੇ ਬਾਹਰ ਨਿਕਲੀ ਜਾਣਾ ਜਿਵੇਂ ਆਪਾਂ ਬੈਕ ਸਾਈਡ ਤੋਂ ਆਪਾਂ ਆਏ ਸੀ ਹੁਣ ਸਾਨੂੰ ਬੈਕ ਕਰਨ ਦੀ ਨਹੀਂ ਲੋੜ ਹੈ ਜਿੱਦਾਂ ਫਰੰਟ ਸਾਈਡ ਤੋਂ ਹੀ ਬਾਹਰ ਨਿਕਲਾਉਣੀਆਂ ਸਾਰੀਆਂ ਹੁੰਦੀਆਂ ਅਤੇ ਹੁਣ ਬਸ ਇੱਥੇ ਆਪਾਂ ਵੀਡੀਓ ਕਰਦੇ ਖਤਮ ਅਤੇ ਬਾਹਰ ਨਿਕਲਦੇ ਦਿਖਾ ਦਿੰਦੇ ਹਾਂ ਅਤੇ ਪਲੀਜ਼ ਤੁਸੀਂ ਆਪਣਾ ਯੂਟਿਊਬ ਚੈਨਲ ਯੂਅਰ ਪੰਜਾਬੀ ਗਾਈਡ ਸਬਸਕ੍ਰਾਈਬ ਕਰ ਲਓ ਅਤੇ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਲਈ ਤੁਸੀਂ ਬੈਲ ਆਈਕਨ ਔਨ ਕਰ ਦਿਓ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਥੈਂਕ ਯੂ